ਤੁਸੀਂ ਸਮਾਜ ਦਾ ਮਤਲਬ ਜਿਹੜੇ ਬਾਕੀ ਦਾਵਾ ਕਰਦੇ ਨੇ ਵੀ ਅਸੀਂ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹਿਆ ਏ, ਅਸੀਂ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹਿਆ ਏ, ਅਸੀਂ ਪੀ ਐਚ ਡੀਆਂ ਕਰ ਲਈਆਂ, ਪਰ ਜੇ ਤੁਸੀਂ ਦਲਿਤ ਹੋ ਤੇ ਹੈਗੇ ਤੁਸੀਂ ਦਲਿਤ ਹੀ। ਉਹ ਕਹਿੰਦੇ ਨੇ ਵੀ ਦੇਖੋ ਯਾਰ, ਜੇ ਤੁਸੀਂ ਹਿੰਦੂ ਧਰਮ ਚੋਂ, ਜੇ ਤੁਸੀਂ ਹਿੰਦੂ ਸਮਾਜ ਚੋਂ ਕਾਸਟ ਨੂੰ ਵੱਟ ਕਰਨਾ ਤੇ ਤੁਸੀਂ ਹਿੰਦੂ ਧਰਮ ਨੂੰ ਨਾਲ ਲੈ ਕੇ ਕਾਸਟ ਨੂੰ ਤੁਸੀਂ ਐਨੀਹਿਲੇਟ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀ ਕਾਸਟ ਦੀ ਜੜ ਹੈ ਉਹ ਜੜ ਹਿੰਦੂ ਧਰਮ ਚ ਪਈ ਹੈ, ਉਹਦੇ ਧਰਮ ਸ਼ਾਸਤਰਾਂ ਚ ਪਈ ਹੈ, ਉਹਦੇ ਗ੍ਰੰਥਾਂ ਚ ਪਈ ਹੈ, ਉਹਦੇ ਵੇਦਾਂ ਚ ਪਈ ਹੈ। ਜਿਵੇਂ ਉਹ ਕਹਿੰਦੇ ਨੇ, ਕਹਿੰਦੇ the relation of religion with caste by arguing that Hindus observe caste because they are deeply religious. People are not wrong in observing caste, but in his opinion what is wrong is the religion which has inculcated this notion of caste. It means for Ambedkar the real enemy is not the people who observe caste but the shastras which teach them this religion of caste. So the real remedy for Ambedkar is to destroy the belief in the sanctity of the shastras. Te eh sab ton matlab jadon eh ede te gal karde ne te oh jat paat todak mandal to lai ke Mahatma Gandhi da jehda sara logic hai oh sare de sare logic nu putta karke dhatde ne te kehnde ne ki dekho jab tak tusi shastra di sanctity nu nahi todna, ਜਦ ਤੱਕ ਤੁਸੀਂ ਇਹ ਨਹੀਂ ਕਹਿਣਾ ਵੀ ਇਹ ਸ਼ਾਸਤਰ ਨੇ, ਇਹ ਵੇਦ ਨੇ ਜਿਨ੍ਹਾਂ ਨੇ ਕਾਸਟ ਨੂੰ ਜਨਮ ਦਿੱਤਾ ਹੈ, ਉਦੋਂ ਤੱਕ ਤੁਸੀਂ ਕਾਸਟ ਨੂੰ ਹਿੰਦੁਸਤਾਨ ਚੋਂ ਖਤਮ ਨਹੀਂ ਕਰ ਸਕਦੇ। ਤੇ ਉਹ ਬਹੁਤ ਕਮਾਲ ਕਹਿੰਦੇ ਨੇ ਵੀ ਜੇ ਹਿੰਦੂ ਜ਼ਿਆਦਾ ਧਾਰਮਿਕ ਹੈ ਤੇ ਉਹ ਜ਼ਿਆਦਾ ਕਾਸਟਿਸਟ ਹੈ, ਕਿਉਂਕਿ ਉਹ ਕਾਸਟ ਨੂੰ ਜਿਹੜੀ ਸੈਂਟੀਟੀ ਹੈ, ਕਾਸਟ ਨੂੰ ਜਿਹੜੀ ਪਰਮਿਸ਼ਨ ਹੈ, ਉਹ ਉਹਦਾ ਧਰਮ ਦਿੰਦਾ, ਹੋਰ ਕੋਈ ਨਹੀਂ ਉਹਨੂੰ ਦਿੰਦਾ। ਇਸ ਕਰਕੇ ਤੁਹਾਨੂੰ ਸ਼ਾਸਤਰਾਂ ਵੇਦਾਂ ਤੇ ਹਮਲੇ ਤੋਂ ਬਿਨਾਂ ਤੁਸੀਂ ਕਾਸਟ ਦੇ ਸਿਸਟਮ ਨੂੰ ਨਹੀਂ ਖਤਮ ਕਰ ਸਕਦੇ। ਜਿਵੇਂ ਇੱਕ ਜਗ੍ਹਾ ਉਹ ਕਹਿੰਦੇ ਨੇ ਵੀ ਯਾਰ ਫਾਰ ਮੀ ਹਿੰਦੂਇਜ਼ਮ ਇਜ਼ ਨਾਟ ਰਿਲੀਜਨ, ਹਿੰਦੂਇਜ਼ਮ ਨਾਟ ਰਿਲੀਜਨ, ਇਟ ਇਜ਼ ਅ ਲਾਅ ਐਂਡ ਰੈਵੋਲੂਸ਼ਨ। ਕਿਹੜਾ ਲਾਅ ਐਂਡ ਰੈਵੋਲੂਸ਼ਨ? ਜਿਹਨੇ ਹਰਾਰਕੀਕਲ ਸੋਸਾਇਟੀ ਨੂੰ ਬਣਾਇਆ। ਪਰ ਜਿਸ ਸਮਾਜ ਦੇ ਵਿੱਚ ਤੁਹਾਨੂੰ ਇਹ ਅਧਿਕਾਰ ਨਾ ਹੋਵੇ, ਤੁਹਾਨੂੰ ਇਹ ਆਜ਼ਾਦੀ ਨਾ ਹੋਵੇ ਵੀ ਤੁਸੀਂ ਆਪਣਾ ਕਿੱਤਾ ਆਪ ਚੁਣ ਸਕੋ, ਕਿਉਂਕਿ ਕਾਸਟ ਤੁਹਾਡੇ ਕਿੱਤਿਆਂ ਨੂੰ ਤੈਅ ਕਰਦੀ ਹੈ, ਉਸ ਸਮਾਜ 'ਚ ਤੁਸੀਂ ਕਿਸ ਲਿਬਰਟੀ ਦੀ ਗੱਲ ਕਰ ਸਕਦੇ ਹੋ? ਉਹ ਸਮਾਜ ਗੁਲਾਮ ਸਮਾਜ ਹੈ, ਉਹ ਸਮਾਜ ਗੁਲਾਮੀ ਦੀਆਂ ਪੰਥਾਂ 'ਚ ਝਗੜਿਆ ਹੋਇਆ ਸਮਾਜ ਹੈ। ਚਾਹੇ ਇਹ ਗੱਲ ਜ਼ਰੂਰ ਹੈ ਵੀ ਉਹਨੇ ਕਾਨੂੰਨੀ ਤੌਰ 'ਤੇ ਗੁਲਾਮੀ ਗੁਲਾਮ ਪ੍ਰਥਾ ਨੂੰ ਨਹੀਂ ਮੰਨਿਆ ਹੋਇਆ, ਪਰ ਕਿਉਂਕਿ ਜਿਸ ਕਿਸਮ ਦਾ ਤੁਸੀਂ ਜਿਸ ਕਿਸਮ ਦਾ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜੇ ਸੁਪਨੇ ਤੁਹਾਡੇ ਨੇ, ਉਹਨਾਂ ਸੁਪਨੇ ਉਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਦੇ ਜਿਹੜੇ ਸਾਧਨ ਨੇ, ਉਹਨਾਂ ਸਾਧਨਾਂ 'ਤੇ ਇੱਕ ਕਾਸਟ ਦਾ ਕਬਜ਼ਾ ਹੈ। ਜਦ ਤੱਕ ਉਹ ਕਬਜ਼ਾ ਨਹੀਂ ਟੁੱਟਦਾ, ਉਦੋਂ ਤੱਕ ਤੁਸੀਂ ਉਹ ਲਿਬਰਟੀ ਨੂੰ ਵੀ ਇੰਜੋਏ ਨਹੀਂ ਕਰ ਸਕਦੇ, ਉਦੋਂ ਤੱਕ ਤੁਸੀਂ ਉਸ ਡੈਮੋਕ੍ਰੇਸੀ ਨੂੰ ਵੀ ਇੰਜੋਏ ਨਹੀਂ ਕਰ ਸਕਦੇ।